ਹਾਂਜੀ ਬਾਬਿਓ, ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ। ਉਮੀਦ ਕਰਦਾ ਸਭ ਖੁਸ਼ ਹੋਣਗੇ, ਮੈਂ ਵੀ ਖੁਸ਼ ਹਾਂ, ਤੁਹਾਡਾ ਆਪਣਾ ਵੀਰ ਗੋਬਿੰਦ ਸਿੰਘ। ਬਾਈ ਜੀ, ਅੱਜ ਆਏ ਹੋਏ ਹਾਂ ਵੱਡੇ ਵੀਰ ਪ੍ਰਭਜੋਤ ਬਣਾ ਕੋਲ, ਤੇ ਗੱਲ ਕਰਨ ਜਾ ਰਹੇ ਹਾਂ ਇੱਕ ਇੰਡੀਆ ਦੇ ਚੋਟੀ ਦੇ ਸਟੇਡੀਅਮ ਬਾਰੇ, ਜਿਹੜਾ ਕਿ ਇਹਨਾਂ ਦੇ ਘਰੇ ਸਟੇ ਵਾਲਾ ਬਾਈ ਹੋਣਾ ਕੋਲ। ਪ੍ਰਭਜੋਤ ਵੀਰੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋਰ ਬਾਈ, ਸਭ ਠੀਕ ਠਾਕ ਜੀ? ਹਾਂਜੀ ਹਾਂਜੀ, ਬਹੁਤ ਬਸ ਚੜ੍ਹਦੀ ਕਲਾ ਹੈ ਜੀ। ਪ੍ਰਭਜੋਤ ਬਾਈ, ਆਸਟ੍ਰੇਲੀਅਨ ਜਿਹੜਾ ਆਪਣੇ ਕੋਲ ਆਇਆ, ਕੀ ਨਾਮ ਇਹਦਾ? ਇਹ ਹੈ ਜੀ ਕੇਸਰੀ। ਕੇਸਰੀ, ਹਾਂਜੀ, ਅਤਿ ਸੁੰਦਰ ਦਾ। ਹਾਂਜੀ ਹਾਂਜੀ, ਇਹਦੀ ਬਲੱਡ ਲਾਈਨ ਹੈਗੀ ਦੇਵ ਦਰਬਾਰ ਨਾਮ ਦਾ ਜੀ। ਓਕੇ। ਪਿਓ ਇਹਦਾ ਹੈਗਾ ਜੀ ਅਤਿ ਸੁੰਦਰ। ਅੱਛਾ ਜੀ। ਉਹਦਾ ਪਿਓ ਸੁੰਦਰ, ਸੁੰਦਰ ਦਾ ਪਿਓ ਜੀ ਦੇਵ ਦਰਬਾਰ ਘੋੜਾ ਬਜ਼ਾਰ। ਅੱਛਾ ਅੱਛਾ। ਤੇ ਭਾਈ, ਇਹ ਬਿਲਕੁਲ ਜਿਹੜੇ ਆਪਣੇ ਜਿਵੇਂ ਘੋੜੇ ਚੱਲ ਰਹੇ ਆਲੀਸ਼ਾਨ ਲਾਈਨ ਤੋਂ ਬਿਲਕੁਲ ਡਿਫਰੈਂਟ ਆ? ਹਾਂਜੀ ਹਾਂਜੀ, ਇਹ ਇੱਕ ਵੱਖਰੀ ਬਲੱਡ ਲਾਈਨ ਹੈਗੀ ਜੀ। ਅੱਛਾ ਜੀ। ਹਾਂਜੀ ਹਾਂਜੀ, ਜਿਵੇਂ ਕਾਲੇ ਕਾਂਟੇ ਦੇ ਬੱਚੀ ਹੋਵੇ ਤੇ ਜਾਂ ਫਿਰ ਦਿਲਬਾਗ ਦੀ ਜਾਂ ਦੇਵਰਾਜ ਦੀ, ਉਹ ਕਵਰਿੰਗ ਲਈ ਇਹਦੇ ਤੇ? ਹਾਂਜੀ ਹਾਂਜੀ, ਚਾਹੇ ਕਾਂਟੇ ਦੀ ਹੋਵੇ, ਕਿਸੇ ਵੀ ਬਲੱਡ ਲਾਈਨ, ਜਿੱਦਾਂ ਚਾਹੇ ਦੇਵਨੀ ਲਾਈਨ, ਪ੍ਰਭਾਤ ਦੀ ਹੋਵੇ ਜੀ। ਓਕੇ। ਤਾਂ ਜੀ ਜਿਹੜਾ ਮਤਲਬ ਟੌਪ ਕਲਾਸ ਬਲੱਡ ਪਾਉਣ ਹੁੰਦੀ ਆ ਉਹਨੇ ਆ ਸਕਦੇ ਆ? ਹਾਂਜੀ, ਕਿਉਂਕਿ ਬਾਈ ਜੀ ਆਪਣੇ ਨਾ ਜ਼ਿਆਦਾ ਬੱਚੀਆਂ ਜਿਵੇਂ ਆਲੀਸ਼ਾਨ ਤੂਫਾਨ ਦੇ ਤੁਰ ਰਹੇ ਨੇ, ਹਨਾ। ਸੋ ਬਾਈ, ਬਹੁਤ ਜ਼ਰੂਰੀ ਸੀਗਾ ਕਿ ਕੋਈ ਅਦਰ ਲਾਈਨ ਦਾ, ਡਿਫਰੈਂਟ ਲਾਈਨ ਦਾ, ਇੱਕ ਬਲੱਡ ਲਾਈਨ ਦਾ ਆਸਟ੍ਰੇਲੀਅਨ ਆਵੇ ਪੰਜਾਬ ਚ। ਹੈਗੇ ਆ ਹੋਰ ਭਾਈਆਂ ਕੋਲ ਵੀ, ਪਰ ਜਿਹੜਾ ਕੇਸਰੀਆ ਬਾਈ ਜੀ ਕਈ ਸ਼ੋਅ ਵਿਨ ਕਰ ਚੁੱਕੇ ਆ, ਉਹ ਵੀ ਜਿਹੜੇ ਸਰਕਾਰੀ ਸ਼ੋਅ ਹੁੰਦੇ ਨੇ ਉਹ ਸ਼ੋਅ। ਇਹ ਗੱਲ ਸਹੀ ਆ ਬਾਈ? ਹਾਂਜੀ ਹਾਂਜੀ, ਪੁਸ਼ਕਰ ਵੀ, ਪੁਸ਼ਕਰ ਵੀ ਜਿੱਤਿਆ, ਸਾਰਾ ਖੇਡਾ ਜੱਸੜਾ, ਸੋਰੀ, ਹਾਂਜੀ, ਸਾਰਾ ਖੇਡਾ ਵੀ ਜਿੱਤਿਆ, ਹੈ ਨਾ ਵੀਰੇ? ਤੁਸੀਂ ਲਗਭਗ ਦੇਖਿਆ ਹੀ ਹੋਣਾ ਜਿਹੜਾ ਆਪਣਾ ਕੇਸਰੀਆ ਘੋੜਾ ਹੈ, ਜਿਹਦੇ ਮਾਲਾ ਪਾਈ ਹੁੰਦੀ ਹੈ, ਨਾਲ ਨਾਲ ਵੀਡੀਓ ਚ ਤੁਹਾਨੂੰ ਦਿਖ ਵੀ ਰਿਹਾ ਹੈ, ਉਹ ਬਾਈ ਹੁਣਾਂ ਕੋਲ ਹੀ ਸਟੇਬਲ ਆ? ਤੇ ਉਹਦੇ ਬਾਰੇ ਹੁਣ ਬਾਈ ਹੁਣੀ ਦੱਸਣਗੇ ਵੀ ਕੀ ਆ, ਕਿੰਨਾ ਚਿਰ ਆਪਣੇ ਕੋਲ ਇੱਥੇ ਹੈਗਾ ਤੇ ਕਵਰਿੰਗ ਦਾ ਕੀ ਹਿਸਾਬ ਆ? ਤੇ ਬਾਈ ਦੱਸੋ ਮਾੜਾ ਜਿਹਾ, ਮਹਿਬੂਬ ਬਾਈ ਬਾਰੇ ਵੀ ਦੱਸ ਦਿਓ, ਖੁੱਲ ਕੇ ਬੋਲੋ ਥੋੜਾ ਜਿਹਾ। ਹਾਂਜੀ, ਇਹ ਜਿਹੜਾ ਘੋੜਾ ਹੈਗਾ ਜੀ ਕੇਸਰੀਆ, ਇਹਦੇ ਮਾਲਕ ਨੇ ਬਾਈ ਚਰਨਜੀਤ ਸਿੰਘ ਮਹਿਬੂ, ਜਾਮਨਗਰ ਗੁਜਰਾਤ ਤੋਂ ਜੀ। ਤੇ ਆਪਣਾ, ਮੇਰਾ ਨਾਮ ਆ ਪ੍ਰਭਜੋਤ ਸਿੰਘ ਜੀ, ਸਾਡਾ ਪਿੰਡ ਹੈਗਾ ਜੀ ਖਾਰਾ, ਇਹ ਕੋਟਪੂਰਾ ਮੁਕਤਸਰ ਰੋਡ ਤੇ। ਤੇ ਆਪਣੇ ਕੋਲੇ ਘੋੜਾ ਜਿਹੜਾ ਕੇਸਰੀ ਆ, ਉਹ ਸਟੇਬਲਿੰਗ ਲਈ ਆਇਆ ਹੋਇਆ ਜੀ, ਇੱਕ ਡੇਢ ਮਹੀਨਾ ਹਜੇ ਆਪਣੇ ਕੋਲ ਹੋਰ ਹੈ। ਤੇ ਇਹਦੀ ਕਵਰਿੰਗ ਫੀਸ ਹੈਗੀ ਜੀ 75,000 ਰੁਪਇਆ। ਤੇ ਜਿਸ ਕਿਸੇ ਵੀਰ ਨੇ ਵੀ ਮਤਲਬ ਇਹ ਸਰਵਿਸ ਲੈਣੀ ਹੈਗੀ ਹੈ, ਬਾਈ ਚਰਨਜੀਤ ਸਿੰਘ ਨੂੰ ਕਾਲ ਕਰ ਸਕਦਾ ਜਾਂ ਮੈਨੂੰ ਕਾਲ ਕਰ ਸਕਦਾ। ਮੇਰਾ ਨੰਬਰ ਹੈਗਾ ਜੀ 98888-51-552 ਜੀ। ਬਾਈ ਜੀ ਆ ਗਿਆ ਨੰਬਰ, ਤੁਹਾਨੂੰ ਫੀਸ ਦਾ ਵੀ ਬਾਈ ਉਹਨਾਂ ਨੇ ਦੱਸਤਾ। ਤੇ ਇੱਕ ਨਾਲ ਗੱਲ ਦੱਸ ਦਿੰਦਾ, ਤੁਹਾਨੂੰ ਵੀਡੀਓ 'ਚ ਇੱਕ ਕਲਿੱਪ ਦਿਖੂਗਾ ਜਿਹੜਾ ਹੈਗਾ ਕਿਸਰੀਏ ਦਾ ਹੀ ਬੇਟਾ, ਠੀਕ ਹੈ ਜੀ, ਕੌਲ ਦਾ, ਉਹ 19 ਮਹੀਨਿਆਂ ਦਾ ਤੇ 61 ਉਹਦੀ ਹਾਈਟ ਹੈ ਬਾਈ, ਜਿਹੜਾ ਤੁਸੀਂ ਇਸ ਟਾਈਮ ਨਾਲ ਦੀ ਨਾਲ ਦੇਖ ਰਹੇ ਹੋ। ਬਾਈ ਜੀ ਮਾੜਾ ਜਿਹਾ ਦੱਸਿਓ, ਬੱਚੇ ਦੀ ਮਾਂ ਕਿਹੜੇ ਘੋੜੇ ਦੀ ਆ? ਹਾਂਜੀ, ਉਹ ਆਪਣੇ ਕੋਲ ਬੱਚਾ ਹੈ ਜੀ ਕੇਸਰੀਆ ਦਾ, ਉਹਦੀ ਮਾਂ ਹੈਗੀ ਹੈ ਜੀ ਦਿਲਬਾਗ ਦੀ। ਤੇ ਬੱਚੇ ਦੀ ਉਮਰ ਹੈਗੀ ਜੀ 19 ਮਹੀਨੇ। ਜਿਸ ਕਿਸੇ ਵੀਰ ਨੇ ਵੀ ਮਤਲਬ ਜਿੱਦਾਂ ਕੇਸਰੀਆ ਤੋਂ ਸਰਵਿਸ ਲੈਣੀ ਹੈ, ਤਾਂ ਆ ਕੇ ਇੱਕ ਤਾਂ ਕੇਸਰੀਆ ਜ਼ਰੂਰ ਦੇਖੇ ਜੀ, ਜਾਂ ਕਿਸੇ ਨੇ ਵੀ ਮਤਲਬ ਘੋੜੀ ਕਵਰ ਕਰਾਉਣੀ ਹੈ, ਇੱਕ ਵਾਰ ਕੇਸਰੀਆ ਜ਼ਰੂਰ ਦੇਖੇ, ਤੇ ਉਹਦਾ ਰਿਜ਼ਲਟ ਵੀ ਨਾਲ ਖੜਾ ਹੋਊ ਵੀ ਜ਼ਰੂਰ ਦੇਖੇ ਜੀ, ਚੀਜ਼ ਦੇਖ ਕੇ ਪਤਾ ਲੱਗਦਾ। ਹੁਣ ਵੀਰੇ ਉੱਤੋਂ ਥੱਲੇ ਤੱਕ ਆਪਦੀ ਤਸੱਲੀ ਨਾਲ ਦੇਖੋ, ਵੀਡੀਓ 'ਚ ਤੁਹਾਨੂੰ ਦਿਖ ਰਿਹਾ ਜੋ ਬਾਈ ਜੀ ਮਾਰਵੜੀ ਕਰੈਕਟਰ, ਐਟੀਟਿਊਡ ਜੋ ਵੀ ਚਾਹੀਦਾ ਨਾ, ਉਹ ਕੇਸਰੀਆ ਆਪਣਾ ਅਤਿ ਸੁੰਦਰ, ਇੰਨੀ ਬਿਊਟੀ, ਇੰਨੀ ਬਰੀਕੀਆਂ ਨੇ ਨਾ ਵੀਰੇ, ਤੇ ਮਜ਼ਬੂਤੀ ਵੀ ਹੋਣੀ ਹੋਈ ਹੈ, ਚਾਹੇ ਰਾਈਡਿੰਗ ਲਈ ਕਹਿ ਦਈਏ ਆਪਾਂ, ਚਾਹੇ ਉਹਨੂੰ ਕਿਤੇ ਖਿਲਾਵਣ ਲਈ ਕਹਿ ਦਈਏ। ਬਾਈ ਜੀ ਬਹੁਤ ਵਧੀਆ ਮੌਕਾ ਆਪਾਂ ਨੂੰ, ਜਿਹੜੇ ਪੰਜਾਬ 'ਚ ਹੈਗੇ, ਕਿੱਥੇ ਗੁਜਰਾਤ ਜਾਣਾ ਪੈਂਦਾ ਸੀਗਾ ਕਵਰਿੰਗ ਦੇ ਲਈ,
ਤੇ ਹੁਣ ਬਾਈ ਉਹਨਾਂ ਕੋਲ ਹੀ ਆ, ਚਾਹੇ ਤੁਸੀਂ ਐਵਰੀ ਮਤਲਬ ਨੇੜੇ ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿਹਦਾ ਸੈਂਟਰ ਪੁਆਇੰਟ ਹੋਵੇ। ਹਾਂਜੀ, ਆ ਜਿੱਦਾਂ ਸਾਰੇ ਘੋੜਾ ਪ੍ਰੇਮੀ ਆਪਣੇ ਬਰੀਡਰ ਹੈਗੇ ਆ, ਉਹ ਮਾਘੀ ਦੇ ਮੇਲੇ ਤੇ ਮੁਕਤਸਰ ਆਉਂਦੇ। ਹਾਂਜੀ 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 ਹਾਂਜੀ, ਸਾਡਾ ਪਿੰਡ ਹੈਗਾ ਜਿਹੜਾ, ਸਾਡਾ ਪਿੰਡ ਕੋਟਪੂਰਾ ਮੁਕਤਸਰ ਰੋਡ ਦੇ ਉੱਤੇ ਹੈ ਜੀ। ਹਾਂਜੀ, ਤੇ ਕੋਟਪੂਰੇ ਤੋਂ 12 ਕਿਲੋਮੀਟਰ ਦੇ ਹੈ ਜੀ, ਤੇ ਸਾਡੇ ਪਿੰਡ ਤੋਂ ਅੱਗੇ ਮੁਕਤਸਰ ਜਿਹੜਾ 20 ਕਿਲੋਮੀਟਰ ਓਕੇ ਮੇਨ ਰੋਡ ਦੇ ਉੱਤੇ ਪਿੰਡ ਹੈ। ਹਾਂਜੀ, ਪਿੰਡ ਦਾ ਨਾਮ ਬਾਈ? ਪਿੰਡ ਦਾ ਨਾਮ ਖਾਰਾ ਹੈ ਜੀ, ਜ਼ਿਲ੍ਹਾ ਫਰੀਦਕੋਟ ਹੈ ਜੀ। ਬਾਈ ਖਾਰਾ ਪਿੰਡ, ਰੋਡ ਤੋਂ ਹੀ ਖੱਬੇ ਹੱਥ ਮੁੜਨਾ ਪੈਂਦਾ, ਮਾਨਾ ਦਾ ਘਰ ਕਿੱਥੇ ਆ? ਇੱਕੋ ਹੀ ਘਰ ਮਾਨਾ ਦਾ ਪਿੰਡ ਚ। ਹਾਂਜੀ, ਤੇ ਵੀਰੇ ਘੋੜੇ ਬਹੁਤ ਅੱਛੇ, ਕੇਸਰੀਆ ਉਹਦਾ ਬੱਚਾ, ਤੇ ਹੋਰ ਵੀ ਜਾਨਵਰ ਜਿੰਨੇ ਵੀਰ ਹੁਣਾਂ ਕੋਲ ਹੈਗੇ ਅੱਛੇ ਜਾਨਵਰ ਆ ਬਾਈ। ਤੇ ਇਹਦੀ ਕਵਰਿੰਗ ਫੀਸ ਵੀ ਬਾਈ ਉਹਨਾਂ ਨੇ ਬੜੀ ਹਿਸਾਬ ਦੀ ਰੱਖੀ ਆ, 75 ਆ ਬਾਈ? ਹਾਂਜੀ ਹਾਂ, 75,000 ਆ ਵੀਰੇ ਯਾਰ। ਠੀਕ ਆ, ਆ ਕੇ ਮਿਲੋ ਬਾਈ, ਸੰਗੀ ਦਾ ਨੀ ਹੁੰਦਾ, ਕਈ ਬੰਦੇ ਉਹੀ ਸੰਗਦੇ ਰਹਿੰਦੇ ਆ। ਮੈਨੂੰ ਇੱਕ ਵਾਰੀ ਫੋਨ ਆਇਆ, ਕਿਸੇ ਵੀਡੀਓ ਦੇਖਦਾ ਹੋਗਾ ਵੀ, ਮੈਨੂੰ ਕਹਿੰਦਾ ਭਈਆ, ਮੈਨੂੰ ਕਹਿੰਦਾ ਉਹਦੀ ਇੰਨੀ ਫੀਸ ਹੈ, ਐ ਕਿਉਂ ਆ? ਮੈਂ ਕਿਹਾ ਭਈਆ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ। ਉਹ ਕਹਿੰਦਾ ਬਾਈ ਯਾਰ ਕਿੱਥੇ ਆ, ਮੈਂ ਉਹਨੂੰ ਤੁਸੀਂ ਦੱਸ ਦਿਓ। ਉਹ ਡਰਦੇ ਬਾਈ, ਇਹ ਜੀ ਕੋਈ ਗੱਲ ਨੀ, ਤੁਸੀਂ ਫੋਨ ਕਰੋ ਬਾਈ, ਉਹਨਾਂ ਨਾਲ ਗੱਲਬਾਤ ਕਰੋ, ਘੋੜਾ ਦੇਖਣ ਆਉਣਾ ਘੋੜਾ ਵੇਖ ਕੇ ਜਾਓ ਬਾਈ, ਕਵਰਿੰਗ ਕਰਾਉਣੀ ਹੈ ਕਵਰਿੰਗ ਤੋਂ ਪਹਿਲਾਂ ਦੇਖਣਾ ਘੋੜਾ, ਤਾਂ ਵੀ ਦੇਖ ਕੇ ਜਾਓ, ਹਰ ਚੀਜ਼ ਦੀ ਤਸੱਲੀ ਆ ਕਿ ਨਹੀਂ ਬਾਈ? ਹਾਂਜੀ ਹਾਂਜੀ, ਜਦੋਂ ਮਰਜ਼ੀ ਆਓ ਵੀਰੇ, ਤਸੱਲੀ ਨਾਲ ਕਰਾਓ, ਇੱਕ ਡਿਫਰੈਂਟ ਲਾਈਨ ਦਾ ਬਲੱਡ ਆਪਣੇ ਘਰੇ ਵੀ ਲੈ ਕੇ ਜਾਓ ਬਾਈ, ਕਿਉਂਕਿ ਅਤਿ ਸੁੰਦਰ ਦਾ ਬਲੱਡ ਕੇਸਰੀਆ, ਤੇ ਕੇਸਰੀਏ ਦੇ ਬੱਚੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਰੈਂਕਸ 'ਚ ਦਿਖਣਗੇ, ਬਹੁਤ ਸ਼ਾਨਦਾਰ ਵੀਰੇ। ਹੋਰ ਦੱਸੋ ਪ੍ਰਭਜੋਤ ਬਾਈ, ਜਿਹੜੀ ਮਾਰਵਾੜੀ ਕਨਫਰਮੇਸ਼ਨ ਦੀ ਗੱਲ ਆਪਾਂ ਕਰਦੇ ਹੈਗੇ ਆ, ਉਹਦੇ ਮਤਲਬ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਏ ਦੇ ਵਿੱਚ? ਓਕੇ, ਹਾਂਜੀ, ਤੇ ਬੱਚੇ ਜਿੱਦਾਂ ਉਹ ਬੱਚਾ ਉਹਨਾਂ ਦੱਸਿਆ ਵੀ ਆਪਣੇ ਕੰਮ, ਹਾਂਜੀ ਆਪਣੇ ਘਰੇ ਕਿਹੜਾ ਉਸ ਤੋਂ ਤੁਸੀਂ ਦੇਖ ਸਕਦੇ ਹੋ, ਜਾਂ ਬਾਈਚਾਰਾ ਜੀ ਉਹਨਾਂ ਦੇ ਘਰੇ ਹੈ, ਇਹਦੀ ਇੱਕ ਆਉਣ ਅਗਲੇ ਸਾਲ ਤੁਸੀਂ ਰੈਂਕ 'ਚ ਦੇਖੋਗੇ, ਉਹਨਾਂ ਨੇ ਵਿਸ਼ੇਰੀ ਉਹਨਾਂ ਕੋਲੇ ਗੱਜ ਗਾ ਮਿਲੀ, ਹਾਂਜੀ ਬਹੁਤ ਹੀ ਖੈਰ ਦਿੱਤੀ ਹੈਗੀ, ਹਾਂਜੀ ਉਹ ਵੀ ਮਤਲਬ, ਹਾਂਜੀ ਹਾਂਜੀ ਕੇਸਰੀ ਕੇਸਰੀ ਹੈ ਨਾ। ਸੋ ਮੇਰੇ ਬਾਈ ਉਹਨਾਂ ਨਾਲ ਜ਼ਰੂਰ ਸੰਪਰਕ ਕਰ ਲਿਓ, ਠੀਕ ਹੈ, ਕੇਸਰੀਆ ਦੀ ਕਵਰਿੰਗ ਓਪਨ ਆ ਪੰਜਾਬ 'ਚ ਹੈਗਾ ਹਾਲੇ ਕੇਸਰੀਆ, ਬਾਈ ਉਹਨਾਂ ਨੇ ਨੰਬਰ ਦੱਸਤਾ, ਮੈਂ ਵੀ ਅਟੈਚ ਕਰ ਦੂੰਗਾ, ਠੀਕ ਹੈ ਬਾਈ ਜੀ? ਠੀਕ ਹੈ ਫਿਰ ਪ੍ਰਭਜੋਤ ਵੀਰੇ, ਬੜਾ ਬੜਾ ਧੰਨਵਾਦ, ਬੜਾ ਤੁਸੀਂ ਪਿਆਰ ਦਿੱਤਾ, ਸੇਵਾ ਕੀਤੀ, ਠੀਕ ਹੈ ਬਾਈ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।